14 ਮਾਰਚ ਨੂੰ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਵਸ, ਜੋ ਕਿ ਦੁਨੀਆ ਭਰ ਵਿੱਚ ਸਾਰਾ ਹਫ਼ਤਾ ਐਜ਼ ਅ ਸਿੱਖ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ, ਆਓ ਜਾਣੀਏ ਕਿਹੜੇ ਕਿਹੜੇ 7 ਸਰਲ ਨੁਕਤਿਆਂ ਨਾਲ ਇਹ ਦਿਵਸ ਮਨਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾ ਨੁਕਤਾ ਆਉਂਦਾ ਹੈ ਗ੍ਰੀਨ ਦੀਵਾਨ ਔਰਗੇਨਾਈਜ਼ ਕਰਨ ਦਾ, ਜਿਸ ਵਿੱਚ ਅਸੀਂ ਗੁਰੂ ਸਾਹਿਬ ਜੀ ਦੀਆਂ ਕੁਦਰਤ ਨਾਲ ਜੁੜੀਆਂ ਸ਼ਬਦਾਂ, ਸਾਖੀਆਂ ਅਤੇ ਕੀਰਤਨ ਦਾ ਗਾਇਨ ਕਰ ਸਕਦੇ ਹਾਂ। ਇਸ ਦੇ ਨਾਲ ਨਾਲ ਨਗਰ ਕੀਰਤਨਾਂ ਨੂੰ ਵੀ ਈਕੋ ਫਰੈਂਡਲੀ ਅਤੇ ਗ੍ਰੀਨ ਬਣਾਈਏ। ਸਾਫ਼ ਸਫਾਈ ਦਾ ਖਾਸ ਧਿਆਨ ਰੱਖੀਏ। ਜਿਨ੍ਹਾਂ ਭਾਂਡਿਆਂ ਦੇ ਵਿੱਚ ਨਗਰ ਕੀਰਤਨ ਵੇਲੇ ਲੰਗਰ ਨੂੰ ਵਰਤਾਇਆ ਜਾਂਦਾ ਹੈ, ਉਸ ਦੇ ਵਿੱਚ ਪਲਾਸਟਿਕ ਜਾਂ ਥਰਮੋਕੋਲ ਵਰਗੇ ਜ਼ਹਿਰੀਲੇ ਭਾਂਡੇ ਜਿਹੜੇ ਹੈ ਉਹਨਾਂ ਨੂੰ ਨਾ ਵਰਤੀਏ ਅਤੇ ਇਸ ਦੇ ਬਜਾਏ ਪਤਲਾਂ ਦਾ ਪ੍ਰਯੋਗ ਕਰੀਏ ਜੀ। ਰੁੱਖ ਲਗਾਓ, ਹਰ ਇਨਸਾਨ ਨੂੰ ਸਾਹ ਲੈਣ ਲਈ 8 ਰੁੱਖ ਚਾਹੀਦੇ ਹਨ। ਆਓ ਸਾਰੇ 14 ਮਾਰਚ ਨੂੰ ਰਲ ਮਿਲ ਕੇ ਰੁੱਖ ਲਗਾਈਏ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦਰਬਾਰ ਸਾਹਿਬ ਵਿੱਚ ਵੀ ਔਰਗੈਨਿਕ ਲੰਗਰ ਦੀ ਸ਼ੁਰੂਆਤ ਹੋ ਚੁੱਕੀ ਹੈ, ਇਸ ਤਰ੍ਹਾਂ ਆਓ ਅਸੀਂ ਆਪਣੇ ਗੁਰੂ ਘਰਾਂ ਵਿੱਚ ਵੀ ਔਰਗੈਨਿਕ ਲੰਗਰ ਲਿਆਈਏ ਅਤੇ ਹੌਲੀ ਹੌਲੀ ਆਪਣੇ ਘਰਾਂ ਵਿੱਚ ਵੀ ਔਰਗੈਨਿਕ ਲੰਗਰ ਦੀ ਸ਼ੁਰੂਆਤ ਕਰੀਏ। ਇਸ ਤਰ੍ਹਾਂ ਸਾਨੂੰ ਚੰਗੀ ਸਿਹਤ ਮਿਲੇਗੀ ਅਤੇ ਨਾਲੇ ਸਾਨੂੰ ਕੈਂਸਰ ਵਰਗੇ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਅੱਜ ਦੇ ਦਿਹਾੜੇ ਜਿੱਥੇ ਅਸੀਂ ਵਾਤਾਵਰਨ ਦਿਵਸ ਮਨਾ ਰਹੇ ਹਾਂ, ਉੱਥੇ ਅਸੀਂ ਆਪਣੇ ਘਰਾਂ ਵਿੱਚ ਅਤੇ ਗੁਰੂ ਘਰਾਂ ਵਿੱਚ ਇਸ ਲੰਗਰ ਦੀ ਸ਼ੁਰੂਆਤ ਕਰਕੇ ਇਸ ਨੂੰ ਖੁਸ਼ੀ ਖੁਸ਼ੀ ਮਨਾਈਏ। ਕੂੜੇ ਦੀ ਸਾਂਭ ਸੰਭਾਲ ਅੱਜ ਸਭ ਤੋਂ ਵੱਡੀ ਪ੍ਰੋਬਲਮ ਹੈ। ਇਕੱਲੇ ਲੁਧਿਆਣੇ ਸ਼ਹਿਰ ਵਿੱਚ ਹੀ 800 ਤੋਂ 1,000 ਟਨ ਕੂੜਾ ਡੇਲੀ ਨਿਕਲਦਾ ਹੈ। ਆਓ ਪਲਾਸਟਿਕ ਅਤੇ ਥਰਮੋਕੋਲ ਦੇ ਭਾਂਡਿਆਂ ਦੀ ਵਰਤੋਂ ਬੰਦ ਕਰੀਏ ਅਤੇ ਘਰਾਂ, ਗੁਰਦੁਆਰਿਆਂ ਵਿੱਚ ਅਤੇ ਇੰਸਟੀਟਿਊਸ਼ਨਸ ਵਿੱਚ ਰੀਸਾਈਕਲਿੰਗ ਅਪਣਾਈਏ। ਆਓ ਇਸ ਵਾਤਾਵਰਨ ਦਿਵਸ 'ਤੇ ਆਪਾਂ ਸਾਈਕਲ ਨੂੰ ਆਵਾਜਾਈ ਦਾ ਸਾਧਨ ਬਣਾਈਏ ਅਤੇ 1 ਕਿਲੋਮੀਟਰ ਤੋਂ ਲੈ ਕੇ 4 ਕਿਲੋਮੀਟਰ ਦੇ ਰੇਡੀਅਸ 'ਤੇ ਜਿਹੜੇ ਤੁਹਾਡੇ ਛੋਟੇ ਮੋਟੇ ਕੰਮ ਨੇ ਘਰ ਦੇ ਉਹਨੂੰ ਆਪਾਂ ਸਾਈਕਲ 'ਤੇ ਕਰੀਏ, ਜਿਹਦੇ ਨਾਲ ਟ੍ਰੈਫਿਕ ਵੀ ਘਟੇਗਾ, ਸਿਹਤ ਠੀਕ ਰਹੇਗੀ ਅਤੇ ਪੋਲਿਊਸ਼ਨ ਨਹੀਂ ਹੋਏਗਾ। ਦੁਨੀਆ ਭਰ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਕਰਕੇ ਹਰ ਸਾਲ 80 ਲੱਖ ਲੋਕ ਮਰਦੇ ਨੇ। ਕਿਉਂ ਨਾ ਕੋਲੇ ਤੋਂ ਬਣੀ ਹੋਈ ਬਿਜਲੀ ਛੱਡ ਕੇ ਅਸੀਂ ਰੀਨਿਊਬਲ ਐਨਰਜੀ ਵੱਲ ਜਾਈਏ, ਜਿਵੇਂ ਸੂਰਜ ਤੋਂ ਊਰਜਾ ਬਣਦੀ ਹੈ, ਉਹੋ ਜਿਹੇ ਸਾਧਨ ਅਪਣਾ ਕੇ ਆਪਣੇ ਗੁਰੂ ਘਰਾਂ ਅਤੇ ਘਰਾਂ ਦੇ ਵਿੱਚ ਬਿਜਲੀ ਬਣਾਈਏ ਕਿ ਪ੍ਰਦੂਸ਼ਣ ਘੱਟ ਸਕੇ। ਦੂਜੀ ਗੱਲ ਇਹ ਕਿ ਘਰਾਂ ਅਤੇ ਗੁਰੂ ਘਰਾਂ ਦੇ ਵਿੱਚ LED ਬਲਬਸ ਲਗਾਈਏ ਤਾਂ ਕਿ ਪ੍ਰਦੂਸ਼ਣ ਘਟੇ। 7ਵਾਂ ਨੁਕਤਾ ਇਹ, ਆਓ ਵਾਤਾਵਰਨ ਸੰਬੰਧੀ ਜਾਗਰੂਕਤਾ ਨੂੰ ਵਧਾਈਏ ਅਤੇ ਹਰ ਘਰ ਅਤੇ ਹਰ ਅਦਾਰੇ ਵਿੱਚ, ਹਰ ਸ਼ਹਿਰ ਅਤੇ ਹਰ ਦੇਸ਼ ਵਿੱਚ ਇਸ ਸੰਦੇਸ਼ ਨੂੰ ਲੈ ਕੇ ਜਾਈਏ। ਸੋ ਆਓ ਇਹਨਾਂ 7 ਸਰਲ ਨੁਕਤਿਆਂ ਨੂੰ ਅਪਣਾਈਏ ਅਤੇ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਆਵਾਜ਼, ਜਿਹੜੀ ਕਿ ਕੁਦਰਤ ਨੂੰ ਬਚਾਉਣ ਦੀ ਆਵਾਜ਼ ਹੈ, ਉਸ ਆਵਾਜ਼ ਨੂੰ ਪਹੁੰਚਾਈਏ ਆਪਣੇ ਘਰਾਂ, ਅਦਾਰਿਆਂ ਅਤੇ ਗੁਰੂ ਘਰਾਂ ਦੇ ਵਿੱਚ। ਵਾਤਾਵਰਨ ਨੂੰ ਪ੍ਰਮੁੱਖ ਰੱਖਦੇ ਹੋਇਆਂ ਨਵੀਂ ਸੋਚ ਅਤੇ ਨਵੀਂ ਜੀਵਨ ਸ਼ੈਲੀ ਨੂੰ ਅਪਣਾਈਏ, ਸਿੱਖ ਵਾਤਾਵਰਨ ਦਿਵਸ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।